ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿੱਚ ਕਣਕ ਦੀ ਆਮਦ ਜਾਰੀ ਹੈ। ਇਸ ਵਾਰ ਕਿਸਾਨ ਪਹਿਲੀ ਵਾਰ ਆਪਣੀ ਜਿਣਸ ਦੀ ਅਦਾਇਗੀ ਖਾਤਿਆਂ ਵਿੱਚ ਪ੍ਰਾਪਤ ਕਰਕੇ ਕਾਫੀ ਖੁਸ਼ ਨੇ। ਕਿਸਾਨਾਂ ਨੂੰ ਆਪਣੀ ਫਸਲ ਵੇਚਣ ਮਗਰੋਂ ਇੱਕ ਦੋ ਦਿਨਾਂ ਦੇ ਅੰਦਰ ਹੀ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਅਦਾਇਗੀ ਪ੍ਰਾਪਤ ਹੋ ਜਾਂਦੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੀੜੀ ਅਫਗਾਨਾ ਦੇ ਕਿਸਾਨ ਸੰਦੀਪ ਸਿੰਘ ਤੇ ਲੁਧਿਆਣਾ ਜ਼ਿਲ੍ਹੇ ਦੇ ਬੱਸੀਆਂ ਪਿੰਡ ਦੇ ਰਵਿੰਦਰ ਸਿੰਘ ਨੇ ਜਿਣਸ ਦੀ ਸਿੱਧੀ ਅਦਾਇਗੀ ਤੇ ਤਸੱਲੀ ਪ੍ਰਗਟ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ। ਜੋ ਕਿ ਮੈਂ ਕਿਹੜੀ ਫਗਾਨਾ ਫੜ ਦੇ ਵਿੱਚ 50 ਕੁਇੰਟਲ ਕਣਕ ਸੁੱਟੀ ਸੀ, ਉਹਦੀ 48 ਘੰਟਿਆਂ ਦੇ ਵਿੱਚ ਪੇਮੈਂਟ ਆ ਚੁੱਕੀ ਹੈ। ਮੈਂ FCI ਦਾ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਵਧੀਆ FCI ਦੀ ਪਰਚੇਜ ਚੱਲ ਰਹੀ ਹੈ। ਮੇਰਾ ਨਾਂ ਰਵਿੰਦਰ ਸਿੰਘ, ਸਾਨੂੰ ਕਰਮੇਲ ਸਿੰਘ, ਸਾਨੂੰ ਭੰਗਾ ਸਿੰਘ, ਮੇਰਾ ਪਿੰਡ ਬਸਤੀਆਂ ਵਸੀ ਰਾਜਕੋਟ ਡਿਸਟ੍ਰਿਕਟ ਲੁਧਿਆਣਾ। ਮੈਂ ਆਪਣੀ ਫਸਲ FCI ਨੂੰ ਵੇਚੀ ਸੀ, ਜੋ ਸੈਂਟਰ ਦੀ ਏਜੰਸੀ ਆ, ਅਤੇ ਮੇਰੀ ਪੇਮੈਂਟ ਵੀ 2 ਜਾਂ 3 ਦਿਨਾਂ ਵਿੱਚ ਆ ਗਈ। ਮੈਂ FCI ਦੇ ਕੰਮ ਤੋਂ ਬਹੁਤ ਖੁਸ਼ ਹਾਂ। ਧੰਨਵਾਦ ਸੈਂਟਰ ਸਰਕਾਰ ਦਾ।